ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਹੌਲੀ ਹੌਲੀ ਹੇਠਾਂ ਡਿੱਗਦਾ ਜਾ ਰਿਹਾ ਹੈ ਅਤੇ ਇਸ ਨੂੰ ਉੱਪਰ ਚੱਕਣ ਦੇ ਲਈ ਕਈ ਉਪਰਾਲੇ ਵੀ ਕੀਤੇ ਜਾ ਰਹੇ ਨੇ। ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਪਾਣੀ ਦੇ ਡਿੱਗਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਕਈ ਉਪਰਾਲੇ ਕੀਤੇ ਗਏ ਨੇ। ਉਹਨਾਂ ਦੇ ਵੱਲੋਂ ਇਹ ਪਹਿਲ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਕਰ ਤੋਂ ਬਾਹਰ ਕੱਢਿਆ ਜਾਵੇ ਅਤੇ ਪੰਜਾਬ ਨੂੰ ਰਾਜਸਥਾਨ ਬਣਨ ਤੋਂ ਰੋਕਿਆ ਜਾਵੇ। ਮੁੱਖ ਮੰਤਰੀ ਪੰਜਾਬ ਦੇ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਦਾ ਇਹ ਉਪਰਾਲਾ ਕਿਸਾਨਾਂ ਦੇ ਲਈ ਲਾਹੇਵੰਦ ਵੀ ਸਾਬਤ ਹੋ ਰਿਹਾ ਹੈ। ਦਰਅਸਲ ਕਿਸਾਨਾਂ ਨੂੰ ਇਸ ਦੇ ਨਾਲ 1500 ਰੁਪਏ ਪਰ ਏਕੜ ਦੇ ਹਿਸਾਬ ਦੇ ਨਾਲ ਦਿੱਤਾ ਜਾਵੇਗਾ। ਇਸ ਉਪਰਾਲੇ ਤੋਂ ਪ੍ਰੇਰਿਤ ਹੋ ਕੇ ਕਿਸਾਨਾਂ ਦੇ ਵੱਲੋਂ ਨਾਭਾ ਬਲਾਕ ਦੇ ਪਿੰਡ ਤੁੰਗਾ ਵਿਖੇ ਵੱਡੇ ਪੱਧਰ ਦੇ ਉੱਤੇ ਸਿੱਧੀ ਬਿਜਾਈ ਕਰਕੇ ਪਾਣੀ ਨੂੰ ਬਚਾਉਣ ਦੇ ਵਿੱਚ ਕਈ ਕਿਸਾਨ ਜੁਟ ਗਏ ਨੇ। ਨਹੀਂ ਦੇਖੋ, ਬਹੁਤ ਵਧੀਆ ਗੱਲ ਹੈ ਜੇ ਸਿੱਧੀ ਬਿਜਾਈ ਹੋ ਜਾਵੇ ਤਾਂ ਹੈ ਤਾਂ ਬਹੁਤ ਵਧੀਆ ਗੱਲ। ਇਹਦੇ ਨਾਲ ਨਾ ਅਸਲ ਦੇ ਵਿੱਚ ਜਿਹੜਾ ਸਾਰਿਆਂ ਤੋਂ ਮੇਨ ਫੰਡਾ ਹੈਗਾ ਉਹ ਇਹ ਆ ਵੀ ਜਿਹੜਾ ਟਰੈਡੀਸ਼ਨਲ ਸੀ ਕੱਦੂ ਕਰਕੇ ਪਹਿਲਾਂ ਲਾਉਂਦੇ ਸੀ ਝੋਨਾ, ਉਹਦੇ ਨਾਲ ਮਤਲਬ ਕਿ ਵਾਟਰ ਰੀਚਾਰਜ ਨਹੀਂ ਸੀ ਹੁੰਦਾ। ਜਿਹੜੀ ਹੁਣ ਡਾਇਰੈਕਟ ਜਿਹੜੀ ਅਸੀਂ ਇਹ ਬਿਜਾਈ ਕਰਾਂਗੇ ਇਹਦੇ ਨਾਲ ਵਾਟਰ ਰੀਚਾਰਜ ਹੋਊਗਾ। ਕੱਦੂ ਕਰਨ ਦੇ ਨਾਲ ਜਿਹੜਾ ਧਰਤੀ ਦੇ ਹੇਠਾਂ ਪਾਣੀ ਨਹੀਂ ਸੀ ਜਾਂਦਾ। ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਆ ਵੀ ਇੱਕ ਤਾਂ ਅਸੀਂ ਪਾਣੀ ਘੱਟ ਕੱਢਾਂਗੇ, ਦੂਜਾ ਜਿਹੜੀ ਸਾਰਿਆਂ ਤੋਂ ਵੱਡੀ ਇਹ ਸੀ ਵੀ ਹੜ੍ਹਾਂ ਦੀ ਜਿਹੜੀ ਸਮੱਸਿਆ ਆਉਂਦੀ ਸੀ ਇੱਥੇ ਉਹਨੇ ਬਹੁਤ ਹੱਦ ਤੱਕ ਕੰਟਰੋਲ ਹੋ ਜਾਣਾ, ਕਿਉਂਕਿ ਇਹਨਾਂ ਖੇਤਾਂ ਦੇ ਹੇਠਾਂ ਹੀ ਪਾਣੀ ਚੱਲਿਆ ਨਾ, ਉਹਦੇ ਨਾਲ ਹੀ ਪਾਣੀ ਦਾ ਲੈਵਲ ਉੱਚਾ ਉੱਠਣਾ ਗਾ। ਮਤਲਬ ਕਿ ਬਹੁਤ ਵਧੀਆ ਉਪਰਾਲਾ ਜਿਹੜੀ ਅਸੀਂ 1500 ਵਾਲੀ ਗੱਲ ਕਰਦੇ ਹਾਂ ਵੀ ਸਰਕਾਰ ਨੇ 1500 ਦਿੱਤਾ ਜਾਂ ਉਹ ਘੱਟ ਦਿੱਤਾ, ਜ਼ਿਆਦਾ ਦੇਣਾ ਚਾਹੀਦਾ ਸੀ। ਚਲੋ ਇਹ ਤਾਂ ਇੱਕ ਮੋਟੀਵੇਸ਼ਨ ਆ ਜੀ ਕਿਸਾਨਾਂ ਨੂੰ ਕਰਨ ਲਈ, ਪੈਸੇ ਕੋਈ ਮਾਇਨਾ ਨਹੀਂ ਰੱਖਦੇ ਵੀ ਘੱਟ ਦਿੱਤਾ ਜਾਂ ਵੱਧ, ਮਤਲਬ ਇਹ ਵੀ ਮੋਟੀਵੇਟ ਕੀਤਾ ਸਰਕਾਰ ਨੇ, ਬਹੁਤ ਵਧੀਆ ਗੱਲ ਹੈਗੀ, ਚੰਗੀ ਗੱਲ ਆ। ਕਿਸਾਨਾਂ ਨੂੰ ਕਰਨਾ ਚਾਹੀਦਾ ਔਰ ਇੰਟਰਸਟ ਨਾਲ ਕਰਨਾ ਚਾਹੀਦਾ, ਵੱਧ ਬੀਜਣੀ ਚਾਹੀਦੀ, ਉਹਨੂੰ ਪਾਲਣਾ ਚਾਹੀਦਾ ਝੋਨੇ ਨੂੰ। ਇਹ ਨਹੀਂ ਹੈਗਾ ਵੀ ਅਸੀਂ ਬੀਜ ਕੇ ਫਿਰ ਅਸੀਂ ਨਾਰ ਪਨੀਰੀ ਲਾ ਲਈ ਉਹਦੀ, ਕੱਲ੍ਹ ਨੂੰ ਅਸੀਂ ਇਹਨੂੰ ਵਾਹੁਣ ਨੂੰ ਚੱਲ ਪਈਏ, ਉਹਦੇ ਨਾਲ ਡੀਮੋਟੀਵੇਟ ਹੋ ਜਾਂਦਾ, ਮਨੋਬਲ ਟੁੱਟਣਾ, ਸਾਨੂੰ ਦੇਖ ਕੇ ਚਾਰ ਨੇ ਹੋਰ ਵਾਹੁਣੀ ਆ, ਯਾਨੀ ਉਹ ਨਹੀਂ ਹੋਣਾ ਚਾਹੀਦਾ। ਵਧੀਆ ਗੱਲ ਆ, ਵਧੀਆ ਉਪਰਾਲਾ। ਹਾਂ ਵਧੀਆ ਵਧੀਆ ਉਪਰਾਲਾ। 2 ਮਹੀਨੇ ਵਿੱਚ ਜਿਵੇਂ MSP ਵੀ ਦਿੱਤੀ, ਚਾਹੇ ਮੱਕੀ 'ਤੇ ਹੋਵੇ ਚਾਹੇ ਮੂੰਗੀ 'ਤੇ ਹੋਵੇ। ਦੇਖੋ MSP ਦਾ ਜਿਹੜਾ ਕੱਲ੍ਹ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ, ਬਹੁਤ ਵਧੀਆ ਗੱਲ ਆ, ਬਾਹਲੀ ਵਧੀਆ ਗੱਲ ਆ ਕਿ ਇੱਕ ਮਤਲਬ ਕਿ ਥਰਡ ਜਿਹੜੀ ਸਾਨੂੰ ਕਰੋਪ ਆ ਗਈ ਉਹ ਮਿਲੀ MSP ਵਾਲੀ, ਪਹਿਲਾਂ ਤਾਂ 2 ਹੀ ਸੀ, ਉਹਦੇ ਨਾਲ ਵੀ ਬਹੁਤ ਵਧੀਆ ਹੈਗਾ ਜੇ ਉਹਨੂੰ ਇੰਪਲੀਮੈਂਟ ਕਰਦੇ ਨੇ ਖਰੀਦਦੇ ਨੇ ਤਾਂ। ਮੈਂ ਕਹਿੰਦਾ ਵੀ ਇਹ ਸਾਰਿਆਂ ਤੋਂ ਵਧੀਆ ਹੈ, ਇਹਦੇ ਨਾਲ ਜਿਹੜੀਆਂ ਹੋਰ ਨੇ ਜਿਵੇਂ ਹੁਣ ਮੱਕੀ ਲਾ ਰਹੇ ਨੇ ਨਾਲ, ਸਬਜ਼ੀਆਂ ਰੁਲਦੀਆਂ ਸੀ, ਸਬਜ਼ੀਆਂ ਦੀ ਥੋੜ੍ਹੀ ਜਿਹੀ ਇੱਕ ਹੋਰ ਮਾਰਕੀਟ ਨੇ ਅੱਪ ਹੋ ਜਾਣਾਗਾ, ਯਾਨੀ ਕਿਸਾਨਾਂ ਲਈ ਬਹੁਤ ਵਧੀਆ MSP, ਬਹੁਤ ਵਧੀਆ ਉਪਰਾਲਾ ਜਿਹੜਾ ਹੁਣ ਤੱਕ ਕਿਸੇ ਨੇ ਕੀਤਾ ਨਹੀਂ ਸੀ, ਇਹਨਾਂ ਨੇ ਕੀਤਾ, ਪ੍ਰਸ਼ੰਸਾਯੋਗ ਹੈ। ਸਾਡੇ ਦੇਖਣ ਦੇ ਮੁਤਾਬਕ ਜੀ ਐਤਕੀ 50% ਤੋਂ ਵੱਧ ਸਿੱਧੀ ਬਿਜਾਈ ਹੋਊਗੀ, ਕਿਉਂਕਿ ਮੈਂ ਵੀ ਪਰਸੋਂ 'ਚ ਉੱਥੇ ਸਿੱਧੀ ਬਿਜਾਈ ਆਪਦੀ ਕਰਕੇ ਹਟਿਆ। ਆ ਸਾਡਾ ਕਿਸਾਨ ਅਮਰ ਸਿੰਘ ਇਹ ਵੀ ਸਿੱਧੀ ਬਿਜਾਈ ਕਰ ਰਿਹਾ, ਸਾਡੇ ਪ੍ਰਧਾਨ ਜੀ ਨਾਲ ਖੜ੍ਹੇ ਜਰਨੈਲ ਸਿੰਘ, ਇਹਨਾਂ ਨੇ ਵੀ 4-5 ਕਿੱਲੇ ਐਤਕੀ ਸਿੱਧੀ ਬਿਜਾਈ ਦੇ ਕੀਤੇ ਨੇ। ਆਪਣੇ ਨਾਲ ਹੋਰ ਕਿਸਾਨ ਖੜ੍ਹੇ ਨੇ, ਇਹ ਸਾਰੀ ਸਿੱਧੀ ਬਿਜਾਈ ਵਾਲੇ ਨੇ ਆਪਣੇ ਕੋਲ, ਕਿਉਂਕਿ ਜਿਹੜੀ ਸਿੱਧੀ ਬਿਜਾਈ ਦਾ ਐਲਾਨ ਕੀਤਾ ਸਰਕਾਰ ਨੇ, ਇਹਦੇ 2 ਫਾਇਦੇ ਨੇ। ਇੱਕ ਤਾਂ ਸਾਡਾ ਖਰਚਾ ਬਹੁਤ ਘੱਟ ਗਿਆ, ਇਹਦੇ 'ਤੇ ਖਰਚਾ ਨਹੀਂ ਆਉਂਦਾ ਸਾਨੂੰ, ਲੇਬਰ ਦੀ ਵੱਡੀ ਸਮੱਸਿਆ। ਦੂਜੀ ਗੱਲ ਇਹ ਹੈ ਵੀ ਸਰਕਾਰ ਨੇ 1500 ਰੁਪਇਆ ਪਰ ਏਕੜ ਦਾ ਐਲਾਨ ਕੀਤਾ, ਇਹ ਵੀ ਚੰਗੀ ਗੱਲ ਕਹਿੰਦੇ ਅਸੀਂ, ਪਰ ਇਹ 1500 ਨਾਲ ਕਿਸਾਨਾਂ ਦਾ ਬਣਨਾ ਕੁਛ ਨਹੀਂ, ਕਮ ਸੇ ਕਮ 10,000 ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ, ਕਿਉਂਕਿ ਇਸ ਬਿਜਾਈ ਦੇ ਵਿੱਚ 1 ਥੈਲਾ DAP ਦਾ ਪਾਉਣਾ ਬੜਾ ਜ਼ਰੂਰੀ ਹੁੰਦਾ। 1500 ਤੋਂ ਘੱਟ ਥੈਲਾ ਹੀ ਨਹੀਂ ਆਉਂਦਾ ਸਾਡਾ DAP ਦਾ, ਉਸ ਕਰਕੇ ਉਹ ਸਾਨੂੰ ਇਹਦਾ ਕੋਈ ਬਹੁਤਾ ਲਾਭ ਨਹੀਂ ਹੋ ਸਕਦਾ ਵੀ ਸਰਕਾਰ ਨੇ ਜਿੱਥੇ ਬਾਂਹ ਫੜੀ ਆ ਸਾਡੀ ਉੱਥੇ ਜਿਹੜੀ 10,000 ਰੁਪਇਆ ਪ੍ਰਤੀ ਏਕੜ ਇਹ ਸਾਨੂੰ ਮਤਲਬ ਦੇਣ, ਤਾਂ ਕਿ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਉੱਠੇ। ਸਿੱਧੀ ਬਿਜਾਈ ਹੋਣ ਦੇ ਨਾਲ ਸਾਡੀ ਜਿਹੜੀ ਧਰਤੀ ਦਾ ਪਾਣੀ ਆ ਉਹ ਬਚ ਸਕੇ, ਸਾਡੇ ਆਉਣ ਵਾਲੀ ਪੀੜ੍ਹੀ ਨੂੰ ਉਹ ਪਾਣੀ ਮਿਲ ਸਕੇ, ਕਿਉਂਕਿ ਜੇ ਸਰਕਾਰ ਇਹ ਉਪਰਾਲਾ ਨਾ ਕਰਦੀ ਤਾਂ ਰਾਜਸਥਾਨ ਬਣਨ ਨੂੰ ਆ ਪੰਜਾਬ ਨੂੰ ਬਹੁਤਾ ਟਾਈਮ ਨਹੀਂ ਸੀ ਲੱਗਣਾ, ਰਾਜਸਥਾਨ ਬਣੇ ਹੀ ਪਿਆ ਸੀਗਾ। ਇਸ ਕਰਕੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ, ਕਿਸਾਨਾਂ ਦਾ ਵੱਡੀ ਪੱਧਰ 'ਤੇ ਧੰਨਵਾਦ ਕਰਦੇ ਹਾਂ ਜਿਹੜੇ ਜਾਗਰਤ ਹੋਏ ਨੇ, ਜਿਹੜੇ ਸਿੱਧੇ ਬਿਜਾਈ ਵੱਲ ਨੂੰ ਚੱਲੇ ਨੇ, ਮੂੰਗੀ ਲਾਈ ਆ, ਮੱਕੀ ਲਾਈ ਆ, ਹੋਰ ਫਸਲਾਂ ਵੱਲ ਨੂੰ ਵੀ ਕਿਸਾਨਾਂ ਦਾ ਜਿਹੜਾ ਰੁਝਾਨ ਅੱਜ ਦੇਖਣ ਨੂੰ ਮਿਲਿਆ ਸਾਨੂੰ। ਬਹੁਤ ਹੀ ਵਧੀਆ ਸਰਕਾਰ ਦਾ ਉਪਰਾਲਾ ਕਹਾਂਗੇ ਅਸੀਂ ਤੇ ਕਿਸਾਨਾਂ ਦਾ ਉਪਰਾਲਾ, ਜਿਹੜੇ ਅੱਜ ਪਾਣੀ ਬਚਾਉਣ ਵਾਲੇ ਸਾਰੇ ਇਕੱਲੇ ਇਕੱਲੇ ਕਿਸਾਨ ਨੇ ਇਹਦੇ 'ਤੇ ਚਿੰਤਾ ਪ੍ਰਗਟ ਕੀਤੀ ਆ, ਇਕੱਲਾ ਇਕੱਲਾ ਕਿਸਾਨ ਪਾਣੀ ਨੂੰ ਬਚਾਉਣ ਵਾਸਤੇ ਅੱਜ ਚੱਲਿਆ ਇਸ ਰਸਤੇ ਨੂੰ। ਸਰਕਾਰ ਵੱਲੋਂ ਹੁਣ 14 ਜੂਨ ਨੂੰ ਐਲਾਨ ਕੀਤਾ ਗਿਆ, ਕੀ ਲੱਗਦਾ ਉਸ ਤੋਂ ਪਹਿਲਾਂ ਕਿੰਨੇ ਕੁ ਕਿਸਾਨ ਬੀਜਣਗੇ ਸਿੱਧੀ ਬਿਜਾਈ? ਅਤੇ ਉਹ ਕਾਫੀ ਬਿਜਾਈ ਸਿੱਧੀ ਹੋ ਜਾਣੀ ਆ, ਕਿਉਂਕਿ ਜਿਹੜੀ ਸਰਕਾਰ ਨੇ 14 ਤਰੀਕ ਦਾ ਐਲਾਨ ਕੀਤਾ ਅਤੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਇਹਨਾਂ 10 ਜੂਨ ਨੂੰ ਝੋਨਾ ਲਾਉਣ ਦਾ ਵੀ ਐਲਾਨ ਕਰਤਾ। ਕਾਰਨ ਸਾਨੂੰ ਖੇਤੀ ਜੀ ਦੀ ਤਾਂ ਕੋਈ ਏਡਾ ਵੱਡਾ ਲਾਭ ਵਾਲੀ ਗੱਲ ਨਹੀਂ ਸੀ, ਗੱਲ ਤਾਂ ਲੇਬਰ ਦੀ ਆ, ਲੇਬਰ ਨਹੀਂ ਮਿਲਦੀ ਇਕੱਠੀ। ਦੂਜੀ ਗੱਲ ਇਹ ਆ ਵੀ ਜਿਹੜਾ ਅਸੀਂ ਲੇਟ ਝੋਨਾ ਬੀਜਦੇ ਹਾਂ ਉਹਦਾ ਜਿਹੜਾ ਮਾਊਚਰ ਆ ਉਹ ਨਹੀਂ ਜਾਂਦਾ,
ਕਿਸਾਨ ਫਿਰ ਮੰਡੀਆਂ 'ਚ ਰੁੜਦਾ ਕਿਉਂਕਿ ਉਹਦੇ ਵਿੱਚੋਂ ਜਿਹੜੀ ਨਮੀ ਆ ਉਹ ਖਤਮ ਨਹੀਂ ਹੁੰਦੀ ਤਾਂ ਕਿਸਾਨ ਉੱਥੇ ਖੱਜਲ ਖੁਆਰ ਹੁੰਦਾ। ਇਸ ਕਰਕੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਮਰਜ਼ੀ ਕਿਸਾਨ ਝੋਨਾ ਲਾ ਲਵੇ, ਗੇਤਾ ਲੱਗ ਜਾਵੇ ਤਾਂ ਵੇਚਣ ਵੇਲੇ ਸਾਨੂੰ ਦਿੱਕਤ ਨਾ ਆਵੇ। ਉਸ ਟਾਈਮ ਠੰਡ ਹੋ ਜਾਂਦੀ ਆ, ਉਹ ਟਾਈਮ ਸਾਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਕੁਛ ਰਾਹਤ ਮਿਲੂ ਜੇ 1500 ਏਕੜ ਕਿਹਾ ਕਿਸੇ ਨਾਲ, ਕੁਛ ਨਾ ਕੁਛ ਤਾਂ ਮਿਲੂਗੀ? ਹਾਂ, 1500 ਰੁਪਇਆ ਏਕੜ ਨਾਲ ਦੇਖੋ ਸਾਨੂੰ ਬਹੁਤ ਵਧੀਆ ਲਾਭ ਮਿਲ ਰਿਹਾ ਹੀ ਨਹੀਂ ਹੈ, ਕਿਉਂਕਿ ਸਰਕਾਰ ਨੇ ਜੋ ਵੀ ਪੈਸਾ ਦਿੱਤਾ ਸਾਨੂੰ ਤਾਂ 1500 ਥੋੜ੍ਹਾ ਲੱਗਦਾ, ਪਰ ਸਰਕਾਰ ਨੇ ਪੂਰੇ ਪੰਜਾਬ ਲਈ ਦੇਖਣਾ, ਉਹਨਾਂ ਦਾ ਬਹੁਤ ਵੱਡਾ ਖਰਚਾ ਆਉਣਾ ਕਿਉਂਕਿ ਸਰਕਾਰ ਕੋਲ ਪੈਸਾ ਨਹੀਂ ਆ, ਖਜ਼ਾਨਾ ਖਾਲੀ ਆ, ਕਿਉਂਕਿ ਪਹਿਲਾਂ ਸਾਰੇ ਹੀ ਤਾਣਾ ਮਾਣਾ ਉਲਝਿਆ ਹੋਇਆ, ਉਹਨੂੰ ਸੁਲਝਾਉਣ ਵਾਸਤੇ ਸਰਕਾਰ ਨੂੰ ਸਮਾਂ ਚਾਹੀਦਾ। ਇਸ ਕਰਕੇ ਸਰਕਾਰ ਨੇ ਅੱਜ ਥੋੜ੍ਹਾ ਐਲਾਨ ਕੀਤਾ, ਹੋ ਸਕਦਾ ਆਉਣ ਵਾਲੇ ਸਮੇਂ 'ਚ ਸਰਕਾਰ ਵੱਡਾ ਐਲਾਨ ਵੀ ਕਰ ਸਕਦੀ ਆ, ਵਾਧਾ ਵੀ ਕਿਸਾਨਾਂ ਦੀ ਮਾਂਹ ਫੜ ਸਕਦੀ ਆ। ਜਿਵੇਂ ਅੱਜ ਮੰਗੀ ਮੂੰਗੀ ਦੇ ਉੱਤੇ MSP ਦਿੱਤੀ ਆ 7200 ਨੂੰ, ਜੇ 7200 ਨੂੰ ਸਾਡੀ ਮੂੰਗੀ ਖਰੀਦੀ ਗਈ ਤਾਂ ਜੀਰੀ ਲਾਉਣੀ ਹੋ ਨਹੀਂ ਹੈਗੀ। ਜੀਰੀ ਦਾ ਅੱਜ ਕਿਸਾਨ ਫਸਿਆ ਹੋਇਆ ਲਾ ਰਿਹਾ, ਕਿਸਾਨ ਦਾ ਕੋਈ ਰਾਹ ਨਹੀਂ, ਕੋਈ ਚਾਰਾ ਨਹੀਂ ਦਿੰਦਾ, ਤਾਂ ਸਾਨੂੰ ਜੀਰੀ ਲਾਉਣੀ ਪੈਂਦੀ ਆ। ਅੱਜ ਤਾਂ ਜੀਰੀ ਛੱਡਣ ਨੂੰ ਤਿਆਰ ਹਾਂ, ਹੋਰਾਂ ਫਸਲਾਂ ਵੱਲ ਨੂੰ ਸਰਕਾਰ ਜਿਵੇਂ ਧਿਆਨ ਦੇ ਰਹੀ ਆ, ਇਸ ਤਰ੍ਹਾਂ ਧਿਆਨ ਮਿਲ ਜਾਵੇ। ਅੱਜ ਤਾਂ ਜੀਰੀ ਤੋਂ ਓਕੇ ਪਿਆ ਕਿਉਂਕਿ ਜੀਰੀ ਦੇ ਨਾਲ ਸਾਡੇ ਵੱਡੇ ਨੁਕਸਾਨ ਹੋਏ ਨੇ, ਪ੍ਰਦੂਸ਼ਣ ਦਾ ਸਭ ਤੋਂ ਵੱਡਾ ਜੀਰੀ ਦੇ ਹੀ ਆ ਪ੍ਰਦੂਸ਼ਣ, ਕਿਉਂਕਿ ਜੇ ਜੀਰੀ ਲੱਗਣ ਹੀ ਛੱਡ ਜੇ ਨਾਲੇ ਪ੍ਰਦੂਸ਼ਣ ਨਹੀਂ ਰਹੂਗਾ, ਨਾਲੇ ਸਾਡਾ ਪਾਣੀ ਬਚੂਗਾ, ਦੋ ਫਾਇਦੇ ਹੁੰਦੇ ਨੇ ਸਾਨੂੰ ਤਾਂ। ਇਸ ਕਰਕੇ ਸਰਕਾਰ ਦਾ ਹੀ ਵਧੀਆ ਉਪਰਾਲਾ ਮੰਨਦਾ ਸਿੱਧੀ ਬਿਜਾਈ ਦੇ ਬਾਰੇ। ਕਿੰਨੇ ਕੁ ਸੰਤੁਸ਼ਟ ਨੇ ਮਾਨ ਸਰਕਾਰ? ਬਹੁਤ ਵਧੀਆ, ਸਾਨੂੰ ਖੁਸ਼ੀ ਦੀ ਕਹਿ ਲਓ ਵੀ ਲਹਿਰ ਮੱਚਾ ਮਕੁੱਠੀ ਆ ਵੀ ਸਰਕਾਰ ਜਿਹੜੀ ਮਤਲਬ ਐਲਾਨ ਕਰਦੀ ਆ, ਕਿਸਾਨ ਇਸ ਗੱਲ 'ਤੇ ਖੁਸ਼ ਬਹੁਤ ਨੇ ਵੀ ਸਾਡੀ ਸਰਕਾਰ ਨੇ ਬਾਂਹ ਫੜੀ ਆ, ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਦੀਆਂ 70 ਸਾਲ ਸਾਨੂੰ ਲੁੱਟ ਕੇ ਖਾਧਾ, ਦਿੱਤਾ ਕੁਛ ਨੇ, ਆਪਣੀਆਂ ਕੁਰਸੀਆਂ ਬਾਰੇ ਸੋਚਿਆ, ਕਿਸਾਨਾਂ ਬਾਰੇ ਮਜ਼ਦੂਰਾਂ ਬਾਰੇ ਨਹੀਂ ਸੋਚਿਆ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ।